ਮੇਰੇ ਕੋਲ ਕੁਛ ਨੀ, ਭਾਸ਼ਣ ਵੀ ਮੈਨੂੰ ਨੀ ਦੇਣਾ ਆਉਂਦਾ। ਲੇਕਿਨ ਜਿੰਨੇ ਭਾਸ਼ਣ ਦੇਣ ਵਾਲੇ ਆ ਉਹਨਾਂ ਨੂੰ ਮੈਂ ਕਹਿੰਦਾ ਸਾਡੇ ਕਪੂਰਥਲੇ ਜਿੰਨੀਆਂ ਵੋਟਾਂ ਪਵਾ ਕੇ ਦਿਖਾ ਦਿਓ। ਅੱਜ ਤਾਂ ਜੱਫੀ ਪਾਈ ਦੀ ਆ, ਭਾਸ਼ਣ ਭੂਸ਼ਣ ਨੀ ਦੇਣਾ ਆਉਂਦਾ ਆਪਾਂ ਨੂੰ। ਇੱਕ ਚੁੱਲੀ ਕੁੱਲੀ ਆਪਾਂ ਵੀ ਪਾਉਣੀ ਹੁੰਦੀ ਆ। ਰੇਤੇ ਦਾ ਭਾਅ ਕੀ ਆ, ਕੋਲਾ ਕਿੰਨਾ ਮਹਿੰਗਾ। ਔਰ ਪ੍ਰਧਾਨ ਜੀ, ਮੈਂ ਕਪੂਰਥਲੇ ਦੀ ਗੱਲ ਕਰਾਂ ਤੇ ਕਪੂਰਥਲੇ ਦੇ ਵਿੱਚ ਉਹ ਅੰਧਾ ਧੁੰਦ ਕੱਟੀ ਸਾਡੇ ਇੱਥੇ ਕਮਿਸ਼ਨਰ ਆ, ਮੇਰੇ ਤੋਂ ਤਿਆਰ ਹੋਈ ਨੀ ਸਮਝਦੇ। 25-25 ਦਿਨ ਕੂੜਾ ਨੀ ਚੱਕਿਆ ਜਾਂਦਾ। ਆ ਜਿੰਨੇ ਵਪਾਰੀ ਆ, ਦੁਕਾਨਦਾਰ ਆ, ਪਰ ਉਹਨਾਂ ਨੂੰ ਨੋਟਿਸ, ਪੈਸੇ ਲਓ, ਛੱਡ ਦਿਓ। ਔਰ ਰਿਸ਼ਵਤਖੋਰੀ ਵੀ ਵੱਧ ਗਈ ਆ। ਅੱਛਾ, ਬਹੁਤ ਹੀ ਸਤਿਕਾਰਯੋਗ PCC ਦੇ ਪ੍ਰਧਾਨ ਰਾਜਾ ਵੜਿੰਗ ਜੀ, ਸਾਡੇ MP ਜਸਵੀਰ ਸਿੰਘ ਜੀ ਗਿੱਲ, ਇੱਥੇ ਬਹਿ ਜਾਓ ਵੀਰ, ਇੱਥੇ ਹਰਿਆਲੇ ਤੇ ਬਹਿ ਜਾਓ, ਇੱਥੇ ਥੋੜੇ ਜਿਹਾ ਪਿੱਛੇ ਆਇਓ ਬਾਈ ਸ਼ੇਰੋ। ਮੈਂ ਦੇਖ ਰਿਹਾ, ਆ ਜਾਓ ਵੀਰ, ਆ ਰਿਹਾ ਮੈਡ। ਅੱਛਾ, ਰਾਜਾ ਵੜਿੰਗ ਜੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਆਦੀਆ ਸਾਹਿਬ, ਪਾਸਲਾ ਸਾਹਿਬ ਬੈਠੇ ਸਟੇਜ ਦੇ ਉੱਤੇ, ਤੇ ਲਾਡੀ ਸ਼ੇਰਵਾਲੀਆ ਜੀ, ਸਾਡੇ ਤਰਲੋਚਨ ਸਿੰਘ ਸੂਣ ਸਾਹਿਬ, ਵਿਕਰਮ ਜੀ, ਵਿਕਰਮ ਚੌਧਰੀ ਜੀ, ਬੈਰੀ ਜੀ, ਡਾਕਟਰ ਦਈਆ ਜੀ, ਸਾਡੇ ਬਹੁਤ ਹੀ ਸਤਿਕਾਰਯੋਗ SP ਰਜਿੰਦਰ ਸਿੰਘ ਜੀ, ਭੁੱਲਰ ਸਾਹਿਬ ਸਾਡੇ ਨੌਜਵਾਨ, ਹਰਮਿੰਦਰ ਸਿੰਘ ਗਿੱਲ ਜੀ, ਕੁਲਵੀਰ ਸਿੰਘ ਜ਼ੀਰਾ ਜੀ, ਡਾਕਟਰ ਰਾਜ ਚੱਬੇਹਲ ਸਾਹਿਬ, ਸਾਡੇ ਬਹੁਤ ਹੀ ਸਤਿਕਾਰ ਯੋਗ ਖਲੀਫਾ ਜੀ, ਤੁਹਾਡੇ ਨਾਲ ਇੱਧਰ ਨੂੰ ਸਾਈਕਲ ਤਾਂ ਕਰਾ ਯਾਰ, ਮੈਂ ਦੇਖ ਤਾਂ ਲਿਆ। ਸਾਡੇ ਬਹੁਤ ਹੀ ਸਤਿਕਾਰਯੋਗ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਧੂ ਸਾਹਿਬ, ਔਰ ਬਾਈ ਜਿਹਦਾ ਨਾਂ ਲੈਣਾ ਭੁੱਲ ਗਿਆ ਵਾ, ਤੇ ਸਾਡੇ ਪ੍ਰਧਾਨ ਬਲਵਿੰਦਰ ਸਿੰਘ ਜੀ ਧਾਰੀਵਾਲ, ਔਰ ਇੱਥੇ ਆਏ ਸਾਰੇ ਜ਼ਿਲ੍ਹੇ ਚੋਂ ਮੇਰੀਆਂ ਬਹੁਤ ਹੀ ਸਤਿਕਾਰਯੋਗ ਮਾਤਾਵਾਂ, ਮੇਰੀਆਂ ਭੈਣਾਂ, ਔਰ ਪਿੰਡਾਂ ਤੋਂ ਸ਼ਹਿਰ ਤੋਂ ਆਏ ਸਾਰੇ ਮੇਰੇ ਵੀਰ ਬਜ਼ੁਰਗ, ਅਹੁਦੇਦਾਰ ਸਾਹਿਬਾਨ, ਵਪਾਰੀ ਸਾਹਿਬਾਨ, ਅੱਜ ਆਪਾਂ ਰੋਸ ਧਰਨਾ ਪ੍ਰਧਾਨ ਜੀ ਦੇ ਕਹਿਣ ਤੇ ਕਪੂਰਥਲੇ ਚ ਲਾਇਆ। ਪ੍ਰਧਾਨ ਜੀ, ਸਾਡੇ ਇਕੱਠ ਤੇ ਨਾ ਜਾਇਓ, ਸਾਡੇ ਕੋਲ ਟਾਈਮ ਹੈ ਨੀ ਦੁਆਬੇ ਵਾਲਿਆਂ ਕੋ ਇਕੱਠ ਕਰਨ ਦਾ। ਇਕੱਠ ਤਾਂ ਤੁਸੀਂ ਵੀ ਬੜੇ ਵੱਡੇ ਵੱਡੇ ਕਰੋਗੇ, ਲੇਕਿਨ ਵੋਟਾਂ ਦੁਆਬੇ ਵਾਲਿਆਂ ਨੇ ਪਾਉਣੀਆਂ ਕਾਂਗਰਸ ਨੂੰ। ਇਹ ਉਹ ਸ਼ੇਰ ਨੇ ਜਿਹੜੇ ਕਈ ਦੋ ਆਏ ਹੋਣੇ ਪਿੰਡ ਨਾ,
ਮੇਰੇ ਕੋਲ ਕੁਛ ਨਹੀਂ, ਭਾਸ਼ਣ ਵੀ ਮੈਨੂੰ ਨਹੀਂ ਦੇਣਾ ਆਉਂਦਾ, ਲੇਕਿਨ ਜਿੰਨੇ ਭਾਸ਼ਣ ਦੇਣ ਵਾਲੇ ਆ ਉਹਨਾਂ ਨੂੰ ਮੈਂ ਕਹਿੰਦਾ ਸਾਡੇ ਕਪੂਰਥਲੇ ਜਿੰਨੀਆਂ ਵੋਟਾਂ ਪਵਾ ਕੇ ਦਿਖਾ ਦਿਓ। ਅਸੀਂ ਤਾਂ ਜੱਫੀ ਪਾਈ ਦੀ ਆ, ਭਾਸ਼ਣ ਭੂਸ਼ਣ ਨਹੀਂ ਦੇਣਾ ਆਉਂਦਾ ਆਪਾਂ ਨੂੰ। ਵੀਰੋ ਮੇਰੇ, ਤੁਹਾਡਾ ਧੰਨਵਾਦ ਕਰਦਾ ਕਿ ਵੇਖੋ ਜਿਹੜਾ ਧਰਨਾ ਲਾਇਆ ਗਿਆ ਕਿਉਂ ਲਾਇਆ ਗਿਆ। ਇਹ ਇਸ ਕਰਕੇ ਲਾਇਆ ਗਿਆ ਕਿ ਮੌਜੂਦਾ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਆਪਾਂ ਕਹੀਏ ਕਿ ਬਹੁਤ ਮਾੜੀ ਆ। ਉਸ ਮੁਲਕ ਦੇ ਵਿੱਚ, ਉਸ ਸੂਬੇ ਦੇ ਵਿੱਚ ਰਹਿਣ ਦਾ ਕੋਈ ਅੱਜ ਨਹੀਂ ਜਿੱਥੇ ਜਾਨ ਤੇ ਮਾਲ ਮਹਿਫੂਜ਼ ਨਾ ਹੋਵੇ। ਸੋ ਅੱਜ ਪੰਜਾਬ ਦੇ ਲੋਕ ਵੋਟਾਂ ਪਾ ਕੇ ਆਮ ਆਦਮੀ ਪਾਰਟੀ ਨੂੰ, ਚਾਹੇ ਰੇਤੇ ਦੀ ਗੱਲ ਕਰ ਲਈਏ, ਚਾਹੇ ਤੁਹਾਡੇ ਦਾਣਿਆਂ ਦੀ ਗੱਲ ਕਰ ਲਈਏ, ਚਾਹੇ ਨਰੇਗਾ ਦੀ ਗੱਲ ਕਰ ਲਈਏ, ਸ਼ਹਿਰ ਦੇ ਵਿੱਚ ਸਾਡੇ ਮੁਲਾਜ਼ਮਾਂ ਦੇ ਨਾਲ, ਚਾਹੇ ਉਹ ਨਗਰ ਨਿਗਮ ਦੇ ਹੋਣ, ਚਾਹੇ ਟੀਚਰ ਯੂਨੀਅਨ ਹੋਣ ਜਾਂ ਬਾਕੀ ਦੇ ਵਰਗ, ਜਿਨ੍ਹਾਂ ਨਾਲ ਜੋ ਜੋ ਵਾਅਦੇ ਕੀਤੇ ਇਹਨਾਂ ਨੇ ਕੋਈ ਪੂਰਾ ਨਹੀਂ ਕੀਤਾ। ਲੋਕ ਭਰੇ ਪੀਤੇ ਬੈਠੇ ਆ। ਔਰ ਮੈਂ ਬਹੁਤ ਲੰਬਾ ਨਹੀਂ ਬੋਲਣਾ ਚਾਹੁੰਦਾ, ਵੇਖੋ ਇੱਕ ਜੁੱਲੀ ਕੁੱਲੀ ਆਪਾਂ ਵੀ ਪਾਉਣੀ ਹੁੰਦੀ ਆ। ਰੇਤੇ ਦਾ ਭਾਅ ਕੀ ਆ, ਕੋਲਾ ਕਿੰਨਾ ਮਹਿੰਗਾ, ਕੋਲੇ ਕਰਕੇ ਇੱਟਾਂ ਕਿੰਨੀਆਂ ਮਹਿੰਗੀਆਂ, ਕੰਸਟਰਕਸ਼ਨ ਦਾ ਕੰਮ ਠੱਪ ਹੈ। ਲੋਕ ਜੇ ਮਕਾਨ ਬਣਾਉਣਾ ਪੈਂਦਾ, ਮਜਬੂਰੀ ਹੈ ਸਾਡੀ। ਔਰ ਪ੍ਰਧਾਨ ਜੀ ਮੈਂ ਕਪੂਰਥਲੇ ਦੀ ਗੱਲ ਕਰਾਂ ਤੇ ਕਪੂਰਥਲੇ ਦੇ ਵਿੱਚ ਉਹ ਅੰਧਾ ਧੁੰਦ ਕੱਟੀ, ਸਾਡੇ ਇੱਥੇ ਕਮਿਸ਼ਨਰ ਆ, ਮੇਰੇ ਤੋਂ ਤਾਂ ਯਾਰ ਉਹੀ ਨਹੀਂ ਸੰਭਲਦੇ। ਕਦੇ 25-25 ਦਿਨ ਕੂੜਾ ਨਹੀਂ ਚੱਕਿਆ ਜਾਂਦਾ। ਆ ਜਿੰਨੇ ਵਪਾਰੀ ਆ, ਦੁਕਾਨਦਾਰ ਆ, ਬਈ ਉਹਨਾਂ ਨੂੰ ਨੋਟਿਸ, ਪੈਸੇ ਲਾਓ ਛੱਡ ਦਿਓ। ਔਰ ਰਿਸ਼ਵਤਖੋਰੀ ਵੀ ਵੱਧ ਗਈ ਆ। ਤੇ ਕੱਲ ਮੈਨੂੰ ਦੁੱਖ ਵੀ ਬੜਾ ਹੋਇਆ ਕਿ ਮਸੀਂ ਹੜਤਾਲ ਟੁੱਟੀ ਸੀ 20 ਦਿਨਾਂ ਮਗਰੋਂ, ਕੂੜਾ 2 ਦਿਨ ਸਾਫ਼ ਹੋਇਆ। ਕੱਲ ਫੇਰ ਕਮਿਸ਼ਨਰ ਸਾਹਿਬ ਦੀ ਮਿਹਰਬਾਨੀ ਹੋਈ, ਗਿੱਲ ਸਾਹਿਬ ਤੇ ਫੇਰ ਸਾਡੇ ਦੋਸਤ ਦੋਵਾਂ ਦਾ ਸਰ ਗਿਆ ਗਿੱਲ ਗਏ ਤੇ, ਇੱਕ ਤੀਰ ਨਾਲ 2 ਨਿਸ਼ਾਨੇ, ਹਰਮਿੰਦਰ ਸਿੰਘ ਜੀ ਗਿੱਲ ਤੇ ਜਸਵੀਰ ਸਿੰਘ ਦੋਨਾਂ ਨੇ ਸਿਰ ਲਾਇਆ। ਸੋ ਖਹਿਰਾ ਸਾਹਿਬ, ਖਹਿਰਾ ਕਿਹਾ ਵੀ ਦੋਨਾਂ ਸਰ ਜਾਣਾ। ਲਾਡੀ ਜੀ ਮੈਂ ਬਹੁਤ ਲੰਬਾ ਤਾਂ ਨਹੀਂ ਬੋਲਣਾ, ਖਲੀਫਾ ਜੀ ਤੁਹਾਨੂੰ ਇੰਨਾ ਕਹਿਣਾ ਚਾਹੁੰਦਾ, ਪ੍ਰਧਾਨ ਜੀ ਦਾ ਹੁਕਮ ਸਿਰ ਮੱਥੇ, ਔਰ ਸਾਨੂੰ ਅੱਜ ਸਾਨੂੰ ਵੱਡਿਆ ਜਿਹੜਾ ਦੁੱਖ ਆ, ਚਾਹੇ ਵਪਾਰੀ ਆ ਉਹ ਡਰਿਆ, ਉਹਨੂੰ ਇਹ ਨਹੀਂ ਪਤਾ ਕਿ ਯਾਰ ਘਰ ਜਾਣਾ ਮੈਂ ਵਾਪਸ ਕਿ ਨਹੀਂ। ਗੈਂਗਸਟਰਾਂ ਦਾ ਮੈਨੂੰ ਤਾਂ ਸਮਝ ਨਹੀਂ ਆਈ ਹੈ ਕੀ ਹੁੰਦੇ ਆ, ਸਰਕਾਰ ਲਈ ਕੁਛ ਵੀ ਨਹੀਂ ਹੁੰਦੇ। ਜੇ ਸਰਕਾਰ ਚਾਹੇ ਤੇ ਗੁੰਡਾ ਕਰਦੀ ਮਿੰਟੋ ਮਿੰਟ ਖਤਮ ਹੋ ਸਕਦੀ ਆ। ਔਰ ਜਿੱਥੇ ਤਾਈ ਗੁੰਡਾਗਰਦੀ ਦੀ ਗੱਲ ਕਰੀਏ, ਉਧਰ ਸਾਨੂੰ ਇਹ ਵੀ ਸੋਚਣਾ ਚਾਹੀਦਾ ਕਿ ਅੱਜ ਵਿਕਾਸ ਦੇ ਕੰਮ ਠੱਪ ਪਏ ਆ, ਚਾਹੇ ਪਿੰਡਾਂ ਦੇ ਆ, ਚਾਹੇ ਸ਼ਹਿਰਾਂ ਦੇ ਆ। ਕਰੀਬ
18 ਕਰੋੜ ਰੁਪਇਆ ਕਪੂਰਥਲੇ ਤੋਂ ਵਾਪਸ ਚਲੇ ਗਿਆ। ਤੁਹਾਡੀ ਸਰਕਾਰ ਨੇ ਦਿੱਤਾ, ਕਾਂਗਰਸ ਦੀ ਸਰਕਾਰ ਨੇ, ਚਾਹੇ ਉਹ ਪਹਿਲੇ ਮੁੱਖ ਮੰਤਰੀ ਦੇ ਥੱਲੇ ਸੀ, ਚਾਹੇ ਚੰਨੀ ਸਾਹਿਬ ਦੀ ਗੱਲ ਕਰ ਲਈਏ, ਉਹ ਪੈਸੇ ਵਾਪਸ ਚਲੇ ਗਏ ਔਰ ਪਿੰਡਾਂ ਦੇ ਵਿੱਚ ਸਾਰੇ ਕੰਮ ਠੱਪ ਨੇ। ਲੋਕ ਅੱਜ ਵਿਕਾਸ ਚਾਹੁੰਦੇ ਆ ਔਰ ਪਏ ਪੈਸੇ ਲੱਗ ਨਹੀਂ ਰਹੇ। ਖੈਰ ਬਹੁਤ ਲੰਬਾ ਨਾ ਬੋਲਦਾ ਹੋਇਆ ਮੈਂ ਆਪਣਾ ਸਥਾਨ ਲਾਂਗਾ ਔਰ ਪ੍ਰਧਾਨ ਜੀ ਕੱਠ ਤੇ ਨਾ ਜਾਇਓ, ਸਾਡੇ ਪ੍ਰਧਾਨ ਜੀ ਸਾਡੇ ਕੱਠ ਤੇ ਨਾ ਜਾਇਓ। ਡਿੰਪਾ ਜੀ ਨੂੰ ਪੁੱਛ ਲਿਓ, ਵੋਟਾਂ ਗਿਣਾ ਦਿਆਂਗੇ। ਔਰ ਜਿੰਨੀਆਂ ਕਹੀਆਂ ਸੀ ਪਿਛਲੀ ਵਾਰ ਓਨੀਆਂ ਪਵਾਈਆਂ, ਨਾ ਇੱਕ ਵੱਧ ਨਾ ਇੱਕ ਘੱਟ। ਸੋ ਕਪੂਰਥਲੇ ਵਾਲਿਓ, ਫਗਵਾੜੇ ਵਾਲਿਓ, ਤੁਹਾਡਾ ਬਹੁਤ ਬਹੁਤ ਧੰਨਵਾਦ। ਜੈ ਹਿੰਦ ਤੇ ਜੈ ਪੰਜਾਬ। ਨਹੀਂ ਪਰ ਕੱਠ ਵੀ ਤੁਹਾਡਾ ਬਹੁਤ ਜ਼ਿਆਦਾ ਹੈ ਰਾਣਾ ਸਾਹਿਬ, ਵਾਰੀ ਵਾਰੀ ਕੱਠ ਕੱਠ ਕਰੀ ਜਾਂਦੇ ਹੋ। ਧਰਨੇ ਚ ਕੱਠ ਕਿੰਨਾ ਹੁੰਦਾ ਹੈ? ਕੋਈ ਰੈਲੀ ਕੀਤੀ ਹੈ? ਮੈਂ ਤਾਂ ਕਹਿੰਦਾ ਧੰਨਵਾਦ ਕਰਦੇ ਹਾਂ ਕਪੂਰਥਲੇ ਵਾਲਿਆਂ ਦਾ ਤੇ ਫਗਵਾੜਾ ਸਾਹਿਬ ਦਾ ਤੇ ਬਲਵਿੰਦਰ ਜੀ ਦਾ ਤੇ ਤੁਹਾਡਾ। ਪ੍ਰਧਾਨ ਜੀ, ਨਾ ਫਗਵਾੜੇ ਚ ਕਸਰ ਰਹੇ, ਨਾ ਕਿਸੇ ਹੋਰ ਹਲਕੇ ਚ ਰਹੇ। ਇੱਕ ਇੱਧਰ ਆਜ਼ਾਦ ਵਾਲਾ ਉਹ 35 ਤੇ ਸੂਈ ਕਰੂਗਾ। ਬੋਲੋ ਬਈ, ਬੋਲੋ ਬਈ, ਆਜ਼ਾਦ ਵਾਲਾ 35 ਤੇ ਸੂਈ ਕਰੂ ਕੇ ਨਹੀਂ ਕਰੂ? ਹੱਥ ਖੜਾ ਕਰੋ ਜਿਹੜਾ ਜਿਹੜਾ ਮੰਨਦਾ। ਅੱਜ ਕੋਈ ਬੰਦਾ ਕਿਸੇ ਪਾਰਟੀ ਨੂੰ ਜੁਆਇਨ ਨਹੀਂ ਕਰ ਰਿਹਾ। ਔਰ ਤੁਸੀਂ ਦੇਖੋ ਸੁਲਤਾਨਪੁਰ ਦੇ ਵਿੱਚ ਉੱਥੇ ਜਾਣਾ